नहीं बस चेक करो गंद मेरी फर्क ओए रखो ओए उठ गंद ओए मजा नहीं करी चीज वहां है चेक करो भाई है रेडी हो गए माशाल्लाह 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 अल्लाह रो निकला ये ਇੰਨੀ ਸਰਦੀ ਦੇ ਜਾਣਾ ਸੀ ਸਿਆਲਕੋਟ ਉੱਥੇ ਇੱਕ ਦੋ ਕੰਮ ਨੇ ਨਾਲ ਗੀਜ਼ਰ ਲੈ ਕੇ ਆਉਣਾ ਸੀ ਨਾਲ ਇੱਕ ਹੋਰ ਕੰਮ ਨੇ ਤੇ ਆ ਕੇ ਇਹ ਧੰਦੇ ਦਾ ਵੀ ਕੁਛ ਕਰਾਉਣਾ ਠੀਕ ਹੈ ਤੇ ਮੈਨੂੰ ਥੋੜ੍ਹਾ ਜਿਹਾ ਰੈਡੀ ਸ਼ੈਡੀ ਹੁੰਦੀ ਹਨ ਫਿਰ ਜਾਂਦੀ ਹਾਂ ਸਿਆਲਕੋਟ ਠੀਕ ਹੈ ਪਹੁੰਚਿਆ ਮੈਂ ਰਾਜਾ ਲੈ ਇਹ ਚੈੱਕ ਕਰੋ ਜਿਹੜਾ ਬਾਈ ਨੂੰ ਸ਼ਰਟ ਕਰਾਇਆ ਠੀਕ ਹੈ ਬਾਬਾ ਜੀ ਹੁਣ ਜਿਹੜਾ ਨਾ ਸਿਆਲਕੋਟ ਪਹੁੰਚ ਗਿਆ ਅਤੇ ਇਹ ਫੈਕਟਰੀ 'ਚ ਪਹੁੰਚ ਗਿਆ ਠੀਕ ਹੈ ਇੱਥੋਂ ਲੈ ਲਿਆ ਗੀਜ਼ਰ ਠੀਕ ਹੈ ਸਾਰੇ ਭੇਜਦੇ ਨੇ 35 ਗੇਟ ਦਾ 50 ਗੇਟ 50 ਲੀਟਰ ਦਾ ਠੀਕ ਹੈ ਅਤੇ ਇੱਧਰ ਨਾਲ ਹੀ ਉਹ ਬਣਾਉਂਦੇ ਨੇ ਫੈਕਟਰੀ ਉਹਨਾਂ ਦੀ ਠੀਕ ਹੈ ਉਹ A few moments later. Oh, ਅੱਜ ਸ਼ਹਿਰੋਂ ਆ ਕੇ ਹੁਣ ਇੱਥੇ ਕੰਮ ਲੱਗ ਗਿਆ ਸਮਾਨ ਥਾ ਬੜੀ ਇੱਥੇ ਹੈ ਹੈਲੋ ਭਾਈ ਹੈਲੋ ਹੈਲੋ ਪੰਪ ਐਕਸ਼ਨ ਨਹੀਂ ਹੈ ਤਾਂ ਨਹੀਂ ਹੈਲੋ ਨਹੀਂ ਹੈਲੋ ਬੱਚੇ ਚਲਾਉਂਦੇ ਯਾਰ ਚੱਲ ਹਾਂ ਗੰਜ ਉਹ ਪਿੱਛੇ ਹੋ ਮੈਂ ਠੀਕ ਹੈ ਉਹ ਪਿੱਛੇ ਹੋ ਯਾਰ ਸੰਬੰਧੀ ਮਜ਼ਾਕ ਹੈ ਇਹ ਚੈੱਕ ਕਰੋ ਉੱਥੋਂ ਧਾਰ ਆਈ ਸੀ ਉੱਥੇ ਅਤੇ ਉੱਥੋਂ ਇਹ ਅੰਡਰਗਰਾਊਂਡ ਕੱਢ ਕੇ ਅਤੇ ਇੱਥੇ ਆ ਗਈ ਠੀਕ ਹੈ ਅਤੇ ਇੱਥੋਂ ਇਹ ਪੱਟੀ ਲੱਗੇਗੀ ਅਤੇ ਫਿਰ ਇੱਥੇ ਮਾੜਮ ਸੈੱਟ ਹੋਏਗਾ ਚੈੱਕ ਕਰੋ ਇਹ ਵੀ ਸੈੱਟ ਹੋ ਗਿਆ ਠੀਕ ਹੈ ਅਤੇ ਇੱਥੇ ਸ਼ੀਟ ਲੱਗ ਗਈ ਸਵੇਰੇ ਕਲਰ ਹੋਏਗਾ ਫਿਰ ਐਨ ਦਾ ਹੀ ਹੋਏਗਾ ਕਲਰ ਠੀਕ ਹੈ ਇਹ ਚੈੱਕ ਕਰੋ ਗੰਦ ਮੇਰੀ ਫਰਕ ਉਹ ਰੱਖ ਹੋਏ ਉੱਥੇ ਗੰਦ ਓਏ ਕੌਣ ਇਹ ਰੁੱਖ ਕਹਾਂ ਸੇ ਆਤੇ ਹੈ ਮਜ਼ਾ ਨਹੀਂ ਕਰੀਦਾ ਉਸ ਤੋਂ ਬਾਅਦ ਜਿਹੜਾ ਨਾ ਇੱਕ ਇਹ ਸ਼ੀਟ ਲੱਗ ਗਈ ਠੀਕ ਹੈ ਇੱਥੇ ਵੀ ਉਹ ਦੋ ਲੱਗ ਗਈ ਠੀਕ ਹੈ ਪੱਖਾ ਲੱਗਦਾ ਪਿਆ ਤੇ ਉਸ ਤੋਂ ਬਾਅਦ ਬਾਲ ਵਹਾ ਬਾਲ ਵਹਾ ਉਹ ਬੈਲ ਵੀ ਲੱਗ ਗਈ ਆ
ਨਵੰਬਰ ਦੇ ਦਿਨ ਨੇ ਤੇ ਤੁਹਾਨੂੰ ਚੈੱਕ ਕਰੋ ਆਹ ਵੇਖੋ ਮੇਰੀ ਲਾੜੀ ਵਿਚਾਰੀ ਬਾਹਰ ਹੀ ਖਲੋਤੀ ਦੀ ਤੁਹਾਨੂੰ ਬਰੀ ਪੈ ਗਈ ਸੰਬੰਧੀ ਸਾਹਿਬ ਸਵੇਰੇ ਕੀ ਬਣਨਾ ਖਾਲੀ ਸਿੰਗਲ ਸ਼ਰਟ ਪਾਈ ਪੱਖਾ ਸ਼ੱਖਾ ਇੱਥੇ ਵੀ ਲੱਗ ਗਿਆ ਠੀਕ ਹੈ ਅਤੇ ਤਕਰੀਬਨ ਅੱਜ ਨੇ ਅੱਧੇ ਨਾਲ ਬਹੁਤਾ ਕੰਮ ਸਾਡਾ ਹੋ ਗਿਆ ਬਸ ਰੂਪ ਲਾਈਟ ਰਹਿ ਗਈ ਅਤੇ ਆਹ ਕਨੈਕਸ਼ਨ ਵਗੈਰਾ ਰਹਿ ਗਏ ਨੇ ਠੀਕ ਹੈ ਅਤੇ ਹੁਣ ਉਹ ਬਾਈ ਵੀ ਤੁਰ ਗਏ ਨੇ ਅਤੇ ਮੈਂ ਹੁਣ ਚੱਲਾਂ ਫਿਲਹਾਲ ਉੱਥੇ ਤਾਂ ਡਾਕਟਰ ਕੋਲ ਜਾ ਨਹੀਂ ਸਕੇ ਅੱਜ ਆਏ ਵੇ ਚੈੱਕ ਕਰਵਾਰ ਤੋਂ ਠੀਕ ਹੈ ਅਤੇ ਨਾਲੇ ਅੱਜ ਇਸ ਬਾਅਦ ਸਿਆਲਕੋਟ ਗਏ ਰਹੇ ਹਾਂ ਅਤੇ ਉੱਥੇ ਥੱਕ ਗਏ ਹਾਂ ਅਤੇ ਹੁਣ ਮੈਂ ਸੋ ਪੂਰੀ ਵੀ ਇੱਥੇ ਹੀ ਹੈ ਪੂਰੀ ਪਹਿਲਾਂ ਛੱਡ ਕੇ ਆਉਂਦੇ ਹਾਂ ਦੋਸਤੀ ਲਈ ਹੀ ਉਹ ਛੱਡ ਕੇ ਆਉਂਦੇ ਹਾਂ ਅਤੇ ਫਿਰ ਗੱਡੀ ਵਾਲਨੇ ਹਾਂ ਫਿਰ ਆਉਂਦੇ ਹਾਂ ਘਰ ਠੀਕ ਹੈ ਜਿਹੜਾ ਮੈਂ ਗੱਡੀ ਵਾਲ ਛੱਡੀ ਅੰਦਰ ਇਹ ਚੈੱਕ ਕਰੋ ਪੂਰੀ ਛੋਰੀ ਰੱਖਾਂ ਘਰ ਯਾਰ ਦੇ ਘਰ ਠੀਕ ਹੈ ਹੀ ਉਹਨਾਂ ਦੀ ਹੀ ਪਰ ਅੱਜ ਕੰਮ ਪੈ ਗਿਆ ਸੀ ਉਹਦੀ ਵਜ੍ਹਾ ਲੈ ਕੇ ਆਉਣਾ ਠੀਕ ਹੈ ਅਤੇ ਹੁਣ ਮੈਂ ਇਸ ਵਲੋਗ ਮੈਂ ਇੱਥੇ ਐਂਡ ਕਰਨਾ ਮੀਨ ਕਰਨਾ ਤੁਹਾਨੂੰ ਵਲੋਗ ਪਸੰਦ ਆਇਆ ਹੋਏਗਾ ਜੇ ਪਸੰਦ ਆਇਆ ਤਾਂ ਵੀਡੀਓ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਸ਼ੇਅਰ ਕਰ ਦੇਣਾ ਚੈਨਲ ਸਬਸਕ੍ਰਾਈਬ ਕਰ ਦੇਣਾ ਅੱਲਾ ਹਾਫਿਜ਼।